ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਮੈਂ ਡਾਕਟਰ ਪਾਲ ਸਿੰਘ ਪਸਵੀਚਾ ਮੈਨੇਜਿੰਗ ਡਾਇਰੈਕਟਰ ਪਸਵੀਚਾ ਮੈਡੀਕੇਅਰ ਸੈਂਟਰ ਅੰਮ੍ਰਿਤਸਰ ਐਨਵਾਇਰਨਮੈਂਟ ਸਿਸਟਮ ਪ੍ਰਾਈਵੇਟ ਲਿਮਟਿਡ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਸਾਰਿਆਂ ਨੂੰ। ਇਹ ਤਿਉਹਾਰ ਜਿਹੜਾ ਅਸੀਂ ਹਰ ਸਾਲ ਬੜੇ ਚਿਰ ਹਰ ਇੱਕ ਨੂੰ ਉਡੀਕ ਹੁੰਦੀ ਹੈ, ਬੜੇ ਅੱਛੇ ਉਲਾਸ ਨਾਲ ਹੀ ਮਨਾਉਂਦੇ ਹਾਂ। ਮੈਂ ਹੁਣ ਵੀ ਚਾਹੁੰਦਾ ਕਿ ਜਿਹੜਾ ਟਾਈਮ ਹੈ ਸਾਰਿਆਂ ਵਾਸਤੇ ਖੁਸ਼ੀ ਖੇੜਿਆ ਵਾਲਾ ਆਵੇ। ਇੱਕ ਹੋਰ ਅਪੀਲ ਕਰਨਾ ਚਾਹੁੰਦਾ ਕਿ ਇਸ ਤਿਉਹਾਰ 'ਤੇ ਅਸੀਂ ਆਪਣਾ ਕ੍ਰੈਕਰਸ ਚਲਾਉਂਦੇ ਹਾਂ। ਮੈਂ ਸਾਰਿਆਂ ਨੂੰ ਕਹਾਂਗਾ ਕਿ ਉਡੀਕ 'ਤੇ ਘੱਟ ਤੋਂ ਘੱਟ ਚਲਾਉਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਜੇ ਚਲਾਉਣੇ ਵੀ ਹੈ ਤਾਂ ਆਪਾਂ ਗ੍ਰੀਨ ਜਿਹੜੇ ਕ੍ਰੈਕਰ ਦੇਣਗੇ ਉਹਨਾਂ ਨੂੰ ਇਸਤੇਮਾਲ ਕਰਨਾ। ਹੋਰ ਸਿਹਤ ਨੂੰ ਲੈ ਕੇ ਡਾਕਟਰ ਸਾਹਿਬ, ਤੁਸੀਂ ਜਿਹੜੇ ਹੈਗੇ ਡਾਕਟਰ ਨਾਲ ਪੇਸ਼ੇ ਤੋਂ ਡਾਕਟਰਸ ਵੀ ਹੋ, ਅਤੇ ਥੋੜ੍ਹਾ ਇੱਧਰ ਦੇਖ ਕੇ ਨਾਲ, ਅਤੇ ਉਹ ਕੀ ਮੈਸੇਜ ਦੇਣਾ ਚਾਹੁੰਦੇ ਹੋ ਹੈਲਥ ਮੇਨਟੇਨ ਨੂੰ ਲੈ ਕੇ? ਦੇਖੋ, ਮੈਂ ਮੇਰੇ ਵੱਲੋਂ ਮੈਸੇਜ ਇਹ ਹੈ ਕਿ ਦੇਖੋ, ਖਾਸ ਕਰ ਜਿਹੜੇ ਫੈਸਟੀਵਲ ਡੇਜ਼ ਹੁੰਦੇ ਆ, ਇਹਨਾਂ ਦਿਨਾਂ 'ਚ ਅਸੀਂ ਮਠਿਆਈਆਂ ਵੀ ਲੈਂਦੇ ਹਾਂ, ਹੋਰ ਵੀ ਅਸੀਂ ਸਵੀਟਸ ਵਗੈਰਾ ਜੋ ਵੀ ਸਾਨੂੰ ਆਉਂਦੀਆਂ, ਉਹ ਕੋਸ਼ਿਸ਼ ਕਰਨੀ ਕਿ ਜੋ ਲਿੱਤਾ ਜਾਏ ਅੱਛੀ ਜਗ੍ਹਾ ਤੋਂ ਲਿੱਤਾ ਜਾਏ, ਤਾਜ਼ਾ ਮਿਲੇ, ਅਤੇ ਉਹ ਹੀ ਇਸਤੇਮਾਲ ਕੀਤਾ ਜਾਏ। ਉਹ ਅਸੀਂ ਜਿਹੜਾ ਕਿ ਆਪਣੀ ਸਿਹਤ ਨੂੰ ਅਸੀਂ ਬਰਕਰਾਰ ਰੱਖ ਸਕੀਏ। ਅਤੇ ਅੱਗੋਂ ਮੌਸਮ ਵੀ ਚੇਂਜ ਹੋ ਰਿਹਾ, ਅਤੇ ਅੱਗੋਂ ਕੋਸ਼ਿਸ਼ ਵੀ ਕਰਨੀ ਚਾਹੀਦੀ ਕਿ ਅਸੀਂ ਸਾਨੂੰ ਜੋ ਵੀ ਅਸੀਂ ਲੈਣਾ ਉਹ ਤਾਜ਼ਾ ਲਈਏ, ਅਤੇ ਅੱਗੋਂ ਮੌਸਮ ਦੇ ਮੁਤਾਬਕ ਆਪਣੇ ਨੂੰ ਚੇਂਜ ਵੀ ਕਰ ਲਈਏ, ਆਪਣੇ ਕੱਪੜੇ ਵੀ ਚੇਂਜ ਕਰ ਲਈਏ, ਅਤੇ ਆਪਣੇ ਜਿਹੜਾ ਸਾਡਾ ਮਤਲਬ ਅਸੀਂ ਗਰਮੀਆਂ ਦੇ ਮੁਤਾਬਕ ਚੱਲ ਰਹੇ ਸੀ ਉਹਨੂੰ ਵੀ ਚੇਂਜ ਕਰਨ ਦੀ ਕੋਸ਼ਿਸ਼ ਕਰਕੇ, ਅਤੇ ਮੌਸਮ ਜਿਹੜਾ ਚੇਂਜ ਹੋ ਰਿਹਾ ਉਹਦੇ ਤੋਂ ਬਚਾਅ ਕਰ ਸਕੀਏ ਆਪਾਂ। ਜੰਕ ਫੂਡ ਨੂੰ ਲੈ ਕੇ ਡਾਕਟਰ ਸਾਹਿਬ, ਕਿੰਨਾ ਕੁ ਸਮਝਦੇ ਜ਼ਰੂਰੀ ਜਿਹੜਾ ਜੰਕ ਫੂਡ? ਦੇਖੋ, ਜੰਕ ਫੂਡ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਸਿਹਤ ਵਾਸਤੇ ਠੀਕ ਨਹੀਂ ਹੈ, ਲੇਕਿਨ ਚਲੋ ਕਦੀ ਕਦੀ ਕੋਈ ਟੇਸਟ ਵਾਸਤੇ ਅਸੀਂ ਕੋਈ ਮਹੀਨੇ 'ਚ ਇੱਕ ਅੱਧੀ ਵਾਰੀ ਜੇ ਇਸਤੇਮਾਲ ਕਰਨਾ ਤਾਂ ਕੋਈ ਗੱਲ ਨਹੀਂ, ਅਗਰ ਆਪਾਂ ਉਹਨੂੰ ਐਜ਼ ਏ ਰੂਟੀਨ ਬਣਾ ਲੈਂਦੇ ਹਾਂ, ਆਪਣੀ ਫੂਡ ਬਣਾ ਲੈਂਦੇ ਹਾਂ, ਤਾਂ ਉਹ ਬਿਲਕੁਲ ਗਲਤ ਹੈ, ਉਹ ਸਾਡੀ ਸਿਹਤ ਵਾਸਤੇ ਵੀ ਠੀਕ ਨਹੀਂ ਹੈ, ਮਤਲਬ ਬਿਲਕੁਲ ਉਹਨੂੰ ਅਵਾਇਡ ਕਰਨਾ ਚਾਹੀਦਾ। ਤਾਜ਼ੀਆਂ ਸਵੱਛ ਚੀਜ਼ਾਂ ਜਿਹੜੀਆਂ, ਬਿਲਕੁਲ ਤਾਜ਼ੀਆਂ ਚੀਜ਼ਾਂ ਲੈਣੀ ਚਾਹੀਦੀਆਂ, ਜੋ ਘਰ ਸਾਡਾ ਖਾਣਾ ਬਣਦਾ ਉਹ ਲੈਣਾ ਚਾਹੀਦਾ ਸਾਨੂੰ, ਜਾਂ ਜਿਹੜੀ ਅੱਛੀ ਜਗ੍ਹਾ ਜਿੱਥੇ ਸਾਨੂੰ ਪਤਾ ਹੈ ਕਿ ਇਹ ਸਪੋਟ ਅੱਛੇ ਹੈ, ਇੱਥੋਂ ਸਾਨੂੰ ਖਾਣਾ ਅੱਛਾ ਮਿਲ ਸਕਦਾ, ਉੱਥੋਂ ਲੈ ਕੇ ਸਾਨੂੰ ਖਾਣਾ ਚਾਹੀਦਾ। ਅਤੇ ਕੋਸ਼ਿਸ਼ ਤਾਂ ਕਰਨੀ ਚਾਹੀਦੀ ਕਿ ਜੋ ਵੀ ਹੋਏ ਬਿਹਤਰ ਤਾਂ ਹੋਈ ਆਪਣੇ ਘਰ ਦਾ ਖਾਣਾ ਖਾਧਾ ਜਾਏ, ਬਾਜ਼ਾਰ ਦਾ ਖਾਣਾ ਘੱਟ ਤੋਂ ਘੱਟ ਇਸਤੇਮਾਲ ਕੀਤਾ ਜਾਏ, ਬਹੁਤ ਜ਼ਰੂਰੀ ਹੈ, ਕਦੀ ਓਕੇਜ਼ਨਲੀ ਤਾਂ ਚੱਲਦਾ, ਲੇਕਿਨ ਉਹਨੂੰ ਇਹ ਨਹੀਂ ਆਪਣੀ ਹੈਬਿਟ ਨਹੀਂ ਬਣਾਉਣੀ ਚਾਹੀਦੀ, ਉਹਨੂੰ ਹੈਬਿਟ ਨਾ ਬਣਾ ਜਾਏ। ਇੱਕ ਵਾਰ ਫਿਰ ਤੋਂ ਆਪਣੇ ਵੱਲੋਂ ਸਟਾਫ ਵੱਲੋਂ ਮੈਂ ਆਪਣੇ ਵੱਲੋਂ ਸਾਰੇ ਮੇਰੇ ਸਟਾਫ ਵੱਲੋਂ ਸਾਰਿਆਂ ਨੂੰ ਦੁਬਾਰਾ ਫਿਰ ਦੀਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ।